ਅੱਜ ਆਪਾਂ ਇਸ ਟਾਈਮ ਬ੍ਰਾਸਲ ਤੋਂ ਆਪਾਂ ਨੀਦਰਲੈਂਡ ਦੀ ਜਿਹੜੀ ਰਾਜਧਾਨੀ ਆ ਹੌਲੈਂਡ ਦੀ ਜਾਨੀ ਕਿ ਐਮਸਟਰਡਮ ਉੱਥੇ ਜਾ ਰਹੇ ਹਾਂ ਬੱਸ ਰਹੀਂ ਤੇ ਇਸ ਟਾਈਮ ਆਪਾਂ ਬੱਸ ਦੇ ਵਿੱਚ ਬੈਠੇ ਆ ਤੇ ਆ ਆਪਾਂ ਜਿਹੜੀ ਇਸ ਬੱਸ ਦੀ ਸਭ ਤੋਂ ਪਿਛਲੀ ਸੀਟ ਦੇ ਉੱਤੇ ਬੈਠਣ ਹੋਣ ਕਰਕੇ ਮਾਰਗਲੀ ਸਾਈਡ ਦੇ ਉੱਤੇ ਆਪਾਂ ਨੂੰ ਸਾਰਾ ਕੁਝ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਆ ਆਪਾਂ ਹੁਣ ਜਾਈ ਜਾਂਦੇ ਆ ਉਧਰ ਨੂੰ ਹੌਲੈਂਡ ਵੱਲ ਨੂੰ ਤੇ ਆ ਜਿਹੜੀ ਸਿਟੀ ਦੇ ਵਿੱਚ ਆਪਾਂ ਆਇਆ ਇਹ ਵੀ ਹੌਲੈਂਡ ਦੀ ਸਿਟੀ ਆ ਜਿਵੇਂ ਕਿ ਆਪਾਂ ਜਾਣਦੇ ਆ ਹੌਲੈਂਡ ਦੇ ਵਿੱਚ ਜਿਹੜੇ ਲੋਕ ਨੇ ਉਹ ਸਾਈਕਲ ਦੀ ਬਹੁਤ ਵਰਤੋਂ ਕਰਦੇ ਆ ਤੇ ਆ ਦੇਖੋ ਸਾਈਕਲ ਤੇ ਸਾਨੂੰ ਆਪਾਂ ਨੂੰ ਇੱਥੇ ਦੇਖਣ ਲੱਗ ਗਏ ਲੋਕ ਦੇਖੋ ਕਿੰਨੀ ਤੇਜ਼ੀ ਨਾਲ ਸਾਈਕਲਾਂ ਦੇ ਉੱਤੇ ਇਹ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਸਵੇਰ ਦਾ ਟਾਈਮ ਤੇ ਆ ਦੇਖੋ ਲੋਕ ਸਾਈਕਲ ਹੀ ਸਾਈਕਲ ਦਿਖਾਈ ਦਿੰਦੇ ਆ ਤੇ ਆਪਾਂ ਲੋਕਾਂ ਨੇ ਸਾਈਕਲ ਛੱਡ ਤੇ ਪਰ ਇੰਨੇ ਲੋਕਾਂ ਕੋਲੇ ਸਾਈਕਲ ਹਜੇ ਹੈਗੇ ਆ ਤੰਦਰੁਸਤੀ ਤੇ ਇਹ ਲਾਈਟਾਂ ਹੋਈਆਂ ਹੋਈਆਂ ਸੀ ਇੱਥੇ ਰੈੱਡ ਤਾਂ ਕਰਕੇ ਆਪਾਂ ਥੋੜਾ ਜਿਹਾ ਇੱਥੇ ਖੜੇ ਸੀ ਤੇ ਆਹ ਦੇਖ ਲਓ ਇੱਕ ਸਾਈਕਲ ਹੋਰ ਆ ਗਿਆ ਉਹ ਦਰ ਸਾਹਮਣੇ ਵੀ ਆਉਂਦਾ ਆਹ ਜਵਾਕ ਲਈ ਜਾਂਦਾ ਮੂਰੇ ਬਿਠਾ ਕੇ ਸਾਈਕਲ ਤੇ ਜਿਹੜਾ ਆਹ ਆਪਾਂ ਇਹਨੂੰ ਕੋਲੇ ਕਰਕੇ ਦਿਖਾਉਣ ਦੀ ਟਰਾਈ ਕਰਦੇ ਆ ਆਹ ਇਹਦੇ ਮੂਰੇ ਜਵਾਕ ਬਿਠਾਇਆ ਹੋਇਆ ਸਾਈਕਲ ਦੇ ਉੱਤੇ ਜਿਹੜਾ ਉਹ ਜਾਂਦਾ ਮਗਰ ਬੈਗ ਪਾਈ ਤੇ ਆਹ ਦੇਖੋ ਸਾਈਕਲ ਹੀ ਸਾਈਕਲ ਤੇ ਇਹ ਤਾਂ ਪਤਾ ਲੱਗਦਾ ਵੀ ਆਪਾਂ ਇਸ ਟਾਈਮ ਨੀਦਰਲੈਂਡ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਜਿਹੜਾ ਇਹ ਸਾਫਰਾ ਆਪਣਾ ਇਹ ਜਿਹੜੀ ਫਲੈਕਸ ਬੱਸਾ ਇੱਕ ਉਹਦੇ ਰਾਹੀਂ ਆਪਾਂ ਇੱਥੋਂ ਬੈਲਜੀਅਮ ਤੋਂ ਨੀਦਰਲੈਂਡ ਨੂੰ ਜਾਵਾਂਗੇ ਜਾ ਰਹੇ ਆ ਯਾਨੀ ਕਿ ਤੇ ਬਹੁਤ ਸੋਹਣਾ ਮਾਹੌਲ ਤੇ ਸੋਹਣੀ ਰਾਈਡ ਆ ਇਹ ਨਾਲ-ਨਾਲ ਆਪਾਂ ਇੱਥੋਂ ਦਾ ਬਾਹਰਲਾ ਇਹ ਦ੍ਰਿਸ਼ ਜਿਹੜਾ ਉਹ ਵੀ ਦੇਖ ਸਕਦੇ ਆ ਤੇ ਜਿਵੇਂ ਕਿ ਆਪਾਂ ਨੂੰ ਆ ਸਾਹਮਣੇ ਦਿਖਾਈ ਦਿੰਦਾ ਗੱਡੀਆਂ ਕਾਰਾਂ ਬੱਸਾਂ ਸਾਰਾ ਕੁਝ ਇੰਨਾ ਰੋੜਾਂ ਉੱਤੇ ਚੱਲਦਾ ਤੇ ਨਾਲ-ਨਾਲ ਲੋਕ ਜਿਹੜੇ ਨੇੜੇ ਦੇ ਨੇ ਉਹ ਸਾਈਕਲਾਂ ਦੀ ਵਰਤੋਂ ਕਰਦੇ ਆ ਤੇ ਇੱਤਾ ਦੇਖੋ ਜਿੱਥੇ ਵੀ ਆਪਾਂ ਦੇਖਦੇ ਆ ਤਾਂ ਸਾਈਕਲ ਆਪਾਂ ਨੂੰ ਦਿਖਾਈ ਦੇਈ ਜਾਂਦੇ ਆ ਤੇ ਆ ਦੇਖੋ ਕਿੰਨੇ ਸਾਈਕਲ ਖੜੇ ਇੱਥੇ ਆ ਦੇ ਜਿਵੇਂ ਕਾਰ پارک ਕੀਤੇ ਹੋਏ ਕੀਤੀਆਂ ਹੋਈਆਂ ਨੇ ਓਮੀਆ ਸਾਈਕਲ پارک ਕੀਤੇ ਹੋਏ ਨੇ ਇਸ ਤਰ੍ਹਾਂ ਦਾ ਮਾਹੌਲ ਆ ਤੇ ਆ ਦੇਖੋ ਗ੍ਰੀਨਰੀ ਇੱਥੋਂ ਦੇ ਟ੍ਰੀ ਜਿਹੜੇ ਰੋਡਾਂ ਕੋਲੇ ਲਾਏ ਹੋਏ ਨੇ ਬਹੁਤ ਸੋਹਣਾ ਯਾਨੀ ਇਹ ਜਿਹੜਾ ਰਾਹ ਹੈਗਾ ਤੇ ਬੈਲਜੀਅਮ ਤੋਂ ਹਾਲੈਂਡ ਦਾ ਇਹ ਜਿਹੜਾ ਬ੍ਰਸਲ ਤੋਂ ਐਮਿਸਟ੍ਰਿਚ ਜਿਹੜੀ ਇਹਨਾਂ ਦੀ ਕੈਪੀਟਲ ਆ ਨੀਦਰਲੈਂਡ ਦੀ ਇਹਦਾ ਜਿਹੜਾ ਦੂਰੀ ਆ ਇੱਕ ਦੂਜੇ ਸਿਟੀ ਤੋਂ ਯਾਨੀ ਕਿ ਉਹ ਲਗਭਗ 200 ਕਿਲੋਮੀਟਰ ਬਣਦੀ ਆ ਤੇ ਜਿਹੜਾ ਇਹ ਬੱਸ ਦਾ ਕਿਰਾਇਆ ਉਹ ਹੈਗਾ 23 ਡਾਲਰ ਤੋਂ ਸਟਾਰਟ ਹੋ ਜਾਂਦਾ 22 23 ਡਾਲਰ ਤੋਂ ਸਟਾਰਟ ਹੋ ਜਾਂਦਾ ਤੇ گاਹਾਾਂ ਦੀ گاਹਾਾਂ ਟਾਈਮ ਦੇ ਹਿਸਾਬ ਨਾਲ ਇਹਨਾਂ ਦਾ ਰੇਟ ਘਟਦਾ ਵਧਦਾ ਰਹਿੰਦਾ ਤੇ ਆਪਾਂ ਜਿਹੜੀ ਇਹ ਬੱਸ ਲਈ ਸੀਗੀ ਇਹ अर्ਲੀ ਮਾਰਨਿੰਗ ਦੀ ਲਈ ਸੀਗੀ ਤੇ ਲਗਭਗ ਆਹ ਹੋ ਯਾਨੀ ਸੀ 5 ਵਜੇ ਬਾਅਦ ਦੇ ਵਿੱਚ ਉਹ ਬੱਸ ਕੈਂਸਲ ਹੋ ਗਈ ਤੇ ਜਦੋਂ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਆਪਾਂ ਨੂੰ 6 ਵਜੇ ਜਿਹੜੀ ਬੱਸ ਜਾਣੀ ਸੀਗੀ ਉਹਦੀਆਂ ਟਿਕਟਾਂ ਦੇ ਦਿੱਤੀਆਂ ਜਾਨੀ ਕਿ ਇੱਥੇ ਘੰਟੇ-ਘੰਟੇ ਬਾਅਦ ਬੱਸਾਂ ਚੱਲਦੀਆਂ ਰਹਿੰਦੀਆਂ ਨੇ ਇੱਕ ਦੂਜੀ ਸਿਟੀ ਦੇ ਵਿੱਚ ਬੱਸ ਸਰਵਿਸ ਇੱਥੇ ਬਹੁਤ ਜ਼ਿਆਦਾ ਆ ਤੇ ਬਹੁਤ ਵਧੀਆ ਆ ਤੇ ਸਸਤੀ ਆ ਵੈਸੇ ਟ੍ਰੇਨਾਂ ਵੀ ਜਾਂਦੀਆਂ ਨੇ ਜਿਹੜੀ ਟ੍ਰੇਨ ਦੇ ਉੱਤੇ ਆਪਾਂ ਲੰਡਨ ਤੋਂ ਬ੍ਰਸਲ ਆਏ ਸੀਗੇ ਉਹੀ ਟ੍ਰੇਨ ਗਾਹਾਂ ਜਿਹੜੀ ਹਾਲੈਂਡ ਦੀ ਕੈਪੀਟਲ ਆ ਉਹਦੇ ਤੱਕ ਜਾਂਦੀ ਸੀ ਤੇ ਉਹ ਟ੍ਰੇਨ ਵੀ ਆਪਾਂ ਜਾ ਸਕਦੇ ਸੀਗੇ ਉਹਦੀ ਟਿਕਟ ਵੀ ਉਹੀ 30 35 ਡਾਲਰ ਹੁੰਦੀ ਆ ਤੇ ਪਰ ਬੱਸ ਕਿਉਂਕਿ ਟ੍ਰੇਨ ਦਾ ਆਪਾਂ ਸਫ਼ਰ ਦੇਖ ਚੁੱਕੇ ਸੀ ਇਸ ਕਰਕੇ ਇਸ ਵਾਰ ਆਪਾਂ ਬੱਸ ਦਾ ਸਫ਼ਰ ਚੁਣਿਆ ਜਾਂ ਆਪਾਂ ਜਿਵੇਂ ਹਵਾਈ ਜਹਾਜ਼ ਰਾਹੀਂ ਵੀ ਸਕਦੇ ਸੀਗੇ ਤੇ ਪਰ ਬੱਸ ਆਲਾ ਸਫ਼ਰ ਆਪਾਂ ਨੂੰ ਯਾਦੇ ਵਧੀਆ ਲੱਗਿਆ ਤੇ ਹੈ ਵੀ ਵਾਕੇ ਵਧੀਆ ਹੀ ਸੋਹਣਾ ਮਾਹੌਲ ਆ ਤੇ ਨਾਲੇ ਆਪਾਂ ਇੱਥੋਂ ਦੀਆਂ ਸੀਟੀਆਂ ਇੱਥੋਂ ਦੀ ਦੇਖ ਸਕਦੇ ਆ ਤੇ ਇਸ ਬਸ ਦਾ ਰਾਹ ਦੇ ਵਿੱਚ ਇੱਕ ਸਟਾਪ ਵੀ ਆਉਂਦਾ ਜਿੱਥੇ ਸਵਾਰੀਆਂ ਕੋਸ ਉਤਰ ਜਾਂਦੀਆਂ ਨੇ ਤੇ ਕੁਸ ਚੜ ਜਾਂਦੀਆਂ ਨੇ ਤੇ ਇਸ ਟਾਈਮ ਜਿਹੜੀ ਇਹ ਬ੍ਰਾਸਲਦ ਵਿੱਚੋਂ ਬਸ ਚੱਲੀ ਸੀਗੀ ਇਹ ਪੂਰੀ ਫੁੱਲ ਹੋ ਚੁੱਕੀ ਸੀਗੀ ਤੇ ਯਾਨੀ ਕਿ ਨੱਕੋ ਨੱਕ ਭਰੀ ਹੋਈ ਸੀ ਥੱਲੇ ਇਹ 27 ਬੱਸ ਸੀਗੀ ਥੱਲੇ ਜਿਹੜੀ ਬੱਸ ਸੀਗਾ ਪੋਰਸ਼ਨ ਉਹਦੇ ਵਿੱਚ ਸਮਾਨ ਟੇਚੀ ਵਗੈਰਾ ਜੋ ਵੀ ਸੀਗਾ ਯਾਤਰੀਆਂ ਦਾ ਉਹ ਰੱਖਣ ਨੂੰ ਥਾਂ ਬਣੀ ਹੋਈ ਸੀ ਤੇ ਉੱਪਰ ਬੈਠਣ ਨੂੰ ਤੇ ਕੁਝ ਬਾਹਰਲਾ ਮਾਹੌਲ ਜਿਹੜਾਗਾ ਉਹ ਇਸ ਤਰ੍ਹਾਂ ਦਾ ਤੇ ਜਿਹੜਾ ਇਹ 200 ਕਿਲੋਮੀਟਰ ਦਾ ਫਾਸਲਾ ਇਹ ਬੱਸ ਰਾਹੀਂ 2.5 ਤੋਂ 3 ਘੰਟਿਆਂ ਦੇ ਵਿੱਚ ਤੈ ਹੋ ਜਾਂਦਾ ਯਾਨੀ ਇੰਨਾ ਕੁ ਟਾਈਮ ਲੱਗਦਾ ਇੱਥੇ ਤੱਕ ਜਾਣ ਨੂੰ ਤੇ ਆ ਦੇਖੋ ਇਹ ਹੁਣ ਆਪਾਂ ਇੱਕ ਜਿਹੜੀ ਸਿਟੀ ਵਿੱਚੋਂ ਹੀ ਲੰਗੀ ਜਾਂਦੇ ਆ ਉਹਦਾ ਦ੍ਰਿਸ਼ ਦੇਖੋ ਕਿੰਨਾ ਸੋਹਣਾ ਬਹੁਤ ਜਾਦੇ ਘੈਂਟ ਪੂਰਾ ਤੇ ਜਗਾ ਕਿਉਂਕਿ ਮਾਰਨਿੰਗ ਦਾ ਟਾਈਮ ਹੋਣ ਕਰਕੇ ਲੋਕ ਕੰਮਕਾਰਾਂ ਲਈ ਨਿਕਲੇ ਹੋਏ ਨੇ ਤੇ ਮੌਸਮਾ ਜਿਹੜਾ ਉਹ ਬਹੁਤ ਜਾਦੇ ਖੂਬਸੂਰਤ ਆ ਜਿਵੇਂ ਤੁਸੀਂ ਉਹ ਸਾਹਮਣੇ ਦੇਖ ਹੀ ਸਕਦੇ ਹੋ ਆਕਾਸ਼ ਤੇ ਬਾਕੀ ਜਿਵੇਂ ਜਿਵੇਂ ਆਪਾਂ ਨਾਲ ਚੱਲਦੇ ਆਂ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਇਕੱਲਾ ਇਹ ਜਿਹੜਾ ਬੈਲਜੀਅਮ ਤੋਂ ਇਹ ਬੱਸ ਦਾ ਸਫ਼ਰ ਉਹ ਦੇਖਾਂਗੇ ਤੇ ਬਾਕੀ ਜਿਹੜੀ ਸਿਟੀ ਦਾ ਜੋ ਵੀ ਮਾਹੌਲ ਆ ਉਹ ਆਪਾਂ ਅੱਗੇ ਚੱਲ ਕੇ ਦੇਖਾਂਗੇ ਤੇ ਚਲੋ ਫਿਰ ਜੇ ਆਪਾਂ ਹੌਲੈਂਡ ਦੇ ਵਿੱਚ ਜਿਹੜੇ ਹੋਟਲਾਂ ਦੀ ਗੱਲ ਕਰੀਏ ਤਾਂ ਉਹ ਆਪਾਂ ਨੂੰ 70 ਡਾਲਰ ਤੋਂ ਲੈ ਕੇ ਗਾਹਾਂ ਤੱਕ ਜਿੰਨੇ ਮਰਜ਼ੀ ਮਹਿੰਗੇ ਲੈ ਲਓ ਸਤ੍ਰਿਕ ਦਾ ਲੱਤ ਤੋਂ ਸਟਾਰਟ ਹੋ ਜਾਂਦੇ ਨੇ ਜੇ ਆਪਾਂ ਹੋਟਲ ਲੈਣੇ ਹੁਣ ਤੇ ਪਰ ਆਪਾਂ ਇੱਥੇ ਹੌਲੈਂਡ ਦੇ ਵਿੱਚ ਇੱਕ ਦਿਨੀ ਰਹਿਣਾ ਤੇ ਆਪਾਂ ਆਹ ਜਿਹੜੀ ਪਹਿਲੀ ਬੱਸ ਸੀਗੀ ਉਹਦੇ ਨਾਲ ਹੀ ਆਪਾਂ ਹੌਲੈਂਡ ਪਹੁੰਚ ਜਾਣਾ ਤੇ ਜਿਹੜੀ ਲਾਸਟ ਬੱਸ ਹਥੋਂ ਉਹਦੇ ਉੱਤੇ ਬੈਕ ਆਪਾਂ ਬੈਲਜੀਅਮ ਆ ਜਾਾਂਗੇ ਤੇ ਕਿਉਂਕਿ ਇੱਥੇ ਆਪਾਂ ਹੋਟਲ ਲਿਆ ਹੋਇਆ ਇਸ ਕਰਕੇ ਤੇ ਬਾਕੀ ਜਿਹੜਾ ਇੱਥੋਂ ਦਾ ਬੀਜਾ ਵਗੈਰਾ ਉਹ ਜੂਰਪ ਦੇ ਜੇ ਵੀ ਸਾਰਾ ਦਾ ਵੀਜਾ ਆਪਾਂ ਨੇ ਲਿਆ ਹੋਇਆ ਤਾਂ ਆਪਾਂ ਨੂੰ ਇੱਥੇ ਕੋਈ ਰੋਕ ਟੋਕ ਨਹੀਂ ਇੱਥੇ ਰਾਹ ਦੇ ਵਿੱਚ ਕੋਈ ਜਦੋਂ ਆਪਾਂ ਬਾਰਡਰ ਕਰਾਸ ਕਰਦੇ ਆ ਤਾਂ ਕੋਈ ਆਪਾਂ ਉੱਥੇ ਇਮੀਗ੍ਰੇਸ਼ਨ ਵਾਲਾ ਜਾਂ ਕੋਈ ਇਹੋ ਜਿਹਾ ਬਾਰਡਰ ਦੇ ਉੱਤੇ ਜਿਹੜੀ ਪੁਲਿਸ ਹੁੰਦੀ ਆ ਉਹ ਆਪਾਂ ਨੂੰ ਕੋਈ ਚ ਨਹੀਂ ਮਿਲਦਾ ਬਸ ਬਸ ਨੇ ਆਪਣੇ ਆਪ ਲੈ ਜਾਣਾ ਆਪਾਂ ਨੂੰ ਤੇ ਕੋਈ ਜਾਨੀ ਕਾਸ਼ ਦੀ ਲੋੜ ਨਹੀਂ ਤੇ ਜਿਹੜਾ ਬਾਹਰ ਇੱਥੋਂ ਦੇ ਜਾਂਦਾ ਜਾਂਦਿਆਂ ਨੂੰ ਆਪਾਂ ਨੂੰ ਬਾਹਰਲਾ ਦ੍ਰਿਸ਼ਾ ਉਹ ਆਪਾਂ ਨੂੰ ਇਸ ਟਾਈਮ 'ਚ ਸਾਹਮਣੇ ਦਿਖਾਈ ਦੇਈ ਜਾਂਦਾ ਤੇ ਜਿਹੜੀ ਜੇ ਆਪਾਂ ਕਰੀਏ ਲੈਂਗੁਏਜ ਦੀ ਗੱਲ ਤਾਂ ਇਹ ਜਿਹੜੇ ਦੇਸ਼ ਨੇ ਇਹ ਆਪਣੀ ਜਿਹੜੀ ਮਾਤ ਭਾਸ਼ਾ ਉਹਨੂੰ ਪਹਿਲੇ ਦੇ ਆਧਾਰ ਤੇ ਰੱਖਦੇ ਨੇ ਆਪਣੇ ਪੰਜਾਬੀਆਂ ਵਾਂਗੂ ਨਹੀਂ ਜਾਂ ਆਪਣੇ ਇੰਡੀਆ ਵਾਲਿਆਂ ਵਾਂਗੂ ਨਹੀਂ ਵੀ ਅੰਗਰੇਜ਼ੀ ਪਹਿਲੇ ਨੰਬਰ ਤੇ ਨਾ ਇਹੋ ਜੀ ਕੋਈ ਗੱਲ ਨਹੀਂ ਇਹ ਆਪਣੀ ਜਿਹੜੀ ਮਦਰ ਟੰਗ ਆ ਉਹਨੂੰ ਪਹਿਲੇ ਨੰਬਰ ਤੇ ਰੱਖਦੇ ਆ ਤੇ ਬਾਹਰ ਜਿਹੜਾ ਗ੍ਰੀਨਰੀ ਆ ਉਹਦਾ ਸਹਾਇਕਤਾਬ ਤੁਸੀਂ ਵੀਡੀਓ ਵਿੱਚ ਦੇਖ ਕੇ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਲੋਕ ਕਿਸ ਤਰ੍ਹਾਂ ਅ ਦਰਖਤਾ ਨਾਲ ਪਿਆਰ ਕਰਦੇ ਆ ਐਸ ਟਾਈਮ ਦੇ ਉੱਤੇ ਆਪਾਂ ਜਿੱਥੇ ਜਾਈ ਜਾਂਦੇ ਆ ਉਹ ਹਾਲੈਂਡ ਦੇ ਵਿੱਚ ਮਿਲਣਾ ਇੱਥੇ ਆਪਾਂ ਪਹੁੰਚ ਗਏ ਤੇ ਆਹ ਸਾਹਮਣੇ ਜਿਹੜਾ ਸਾਰੀਆਂ ਰੋਡਾਂ ਉਹ ਘਰ ਵਗੈਰਾ ਸਾਰਾ ਕੁਝ ਇਹ ਹਾਲੈਂਡ ਦੇ ਨੇ ਤੇ ਹੌਲੀ ਹੌਲੀ ਆਪਾਂ ਵੀ ਅੱਗੇ ਨੂੰ ਵਧਦੇ ਜਾਂਦੇ ਆ ਤੇ ਦੇਖਦੇ ਜਾਂਦੇ ਆ ਤੇ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਓਵੇਂ ਓਵੇਂ ਰੋਡ ਦੇ ਉੱਤੇ ਆਵਾਜ਼ਾਈ ਵਧਣ ਲੱਗੀ ਜਦੋਂ ਆਪਾਂ ਚੱਲੇ ਸੀਗੇ ਉੱਥੋਂ ਬ੍ਰਾਸਲ ਤੋਂ ਉਦੋਂ ਹਨੇਰਾ ਸੀਗਾ ਤੇ ਹੁਣ ਥੋੜਾ ਜਿਹਾ ਟਾਈਮ ਬਾਅਦ ਚਾਨਣ ਆਉਣ ਲੱਗ ਗਿਆ ਤੇ ਇਸ ਕਰਕੇ ਆਪਾਂ ਨੂੰ ਬਾਹਰੋਂ ਸਾਫ਼-ਸਾਫ਼ ਦਿਖਾਈ ਦੇਣ ਲੱਗ ਗਿਆ ਤੇ ਬਾਕੀ ਆ ਦੇਖੋ ਆਹ ਸਿਟੀ ਤੋਂ ਬਾਹਰ ਦਾ ਡਰੈਸ ਤੇ ਜਿਹੜਾ ਕਿ ਬਹੁਤ ਖੂਬਸੂਰਤ ਆ ਆਪਾਂ ਦਿਖਾਈ ਦੇ ਜਾਂਦਾ ਆ ਦੇਖੋ ਸਾਰਾ ਜਿਹੜਾ ਬੋਰਡ ਆਇਆ ਸੀ ਇਹ ਸਾਰਾ ਇਹਨਾਂ ਨੇ ਆਪ ਦੀ ਭਾਸ਼ਾ ਚ ਲਿਖਿਆ ਹੋਇਆ ਸੀ ਇੱਥੇ ਕੋਈ ਅੰਗਰੇਜ਼ੀ ਦਾ ਕੰਮ ਨਹੀਂ ਹੈਗਾ ਕਹਿੰਦੇ ਸਾਡੀ ਆਪਣੀ ਭਾਸ਼ਾ ਹੀ ਚੱਲੂ ਤੇ ਜਿਹੜੀ ਇਹ ਰੋਡ ਦੀ ਸਪੀਡ ਆ ਇਹ ਹੈ ਵੀ ਆ ਜਿਹੜਾ ਇਹਦੀ 80 ਕਿਲੋ ਦੀ ਸਪੀਡ ਆ ਇੱਥੇ ਤੇ ਪੂਰੀ ਤੇਜ਼ੀ ਨਾਲ ਇਹ ਜਾ ਰਿਹਾ ਨਾਲ ਪੁਰਾ ਪੁਲ ਜੇ ਬਣੇ ਹੋਏ ਨੇ ਜਿਹੜੇ ਰੋਡ ਇਹਨਾਂ ਨੂੰ ਕ੍ਰੋਸ ਕਰਦੇ ਆ ਉਵੇਂ ਤੇ ਬਾਕੀ ਖੁੱਲੀਆਂ ਡੁੱਲੀਆਂ ਰੋੜਾਂ ਨੇ ਕਾਫੀ ਆ ਦੇਖੋ ਕਿਵੇਂ ਜਾਲ ਵਿਸਾਇਆ ਪਿਆ ਇਹਨਾਂ ਨੇ ਤੇ ਅੱਗੇ ਦੀ ਅੱਗੇ ਆਪਾਂ ਵਧਦੇ ਜਾਂਦੇ ਆ ਕਿਤੇ ਕਿਤੇ ਬੱਦਲ ਵੀ ਆ ਗਏ ਜਿਵੇਂ ਉਹ ਦਿਖਾਈ ਦੇਈ ਜਾਂਦੇ ਆਪਾਂ ਨੂੰ ਤੇ ਇੱਥੇ ਜਿਹੜਾ ਮੀਂਹ ਦਾ ਮਾਹੌਲ ਤਾਂ ਕੁਝ ਇਸ ਤਰ੍ਹਾਂ ਦਾ ਵੀ ਪਤਾ ਹੀ ਨਹੀਂ ਲੱਗਦਾ ਕਦੋਂ ਮੀਂਹ ਆ ਜਾਏ ਤੇ ਕਦੋਂ ਧੁੱਪ ਨਿਕਲ ਆਵੇ ਤੇ ਮੀਂਹ ਵੀ ਪਾਉਂਦਾ ਤੇ ਜਦੋਂ ਆਪਾਂ ਜਿਹੜੇ ਆ ਗਰਮੀਆਂ ਦੇ ਟਾਈਮ ਦੇ ਦੀ ਗੱਲ ਕਰਦੇ ਆਪਾਂ ਮੀਂਹ ਵੀ ਪੈ ਜਾਂਦਾ ਤੇ ਮੌਸਮ ਸਾਫ਼ ਵੀ ਹੋ ਜਾਂਦਾ ਇੱਕਦ ਲੱਗਤ ਤੇ ਇਸ ਟਾਈਮ ਥੋੜਾ ਜਿਹਾ ਜਿਵੇਂ ਉਹ ਬੱਦਲ ਦਿਖਾਈ ਦੇ ਜਾਂਦੇ ਆ ਪਹਿਲਾਂ ਪੂਰਾ ਵਧੀਆ ਸੀਗਾ ਜਿਵੇਂ ਤੇ ਇਸ ਤਰ੍ਹਾਂ ਹੀ ਚੇਂਜ ਹੁੰਦਾ ਰਹਿੰਦਾ ਥੋੜੇ-ਥੋੜੇ ਟਾਈਮ ਬਾਅਦ ਤੇ ਅੱਗੇ ਦੀ ਅੱਗੇ ਆਪਾਂ ਇਸ ਟਾਈਮ ਇਸ ਥਾਂ ਦੇ ਉੱਤੇ ਪਹੁੰਚ ਚੁੱਕੇ ਆ ਜਿਹੜਾ ਆ ਸਿਟੀ ਐ ਇਹਦੇ ਕੋਲੇ ਜਿੱਥੇ ਨੀਲਾ ਜਾਂ ਬਿੰਦੂ ਜਾਂ ਦਿਖਾਈ ਦਿੰਦਾ ਉਹਦੇ ਕੋਲੋਂ ਆਪਾਂ ਅੱਗੇ ਲੰਘਦੇ ਹਾਂ ਬੈਲਜੀਅਮ ਦੇ ਵਿੱਚ ਜੇ ਆਪਾਂ ਸਿੱਖਾਂ ਦੇ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਇੱਥੇ 9 ਗੁਰਦੁਆਰੇ ਨੇ ਹਾਲੈਂਡ ਵਿੱਚ ਤੇ ਜਿਹੜੇ ਆਪਣੇ ਸਿੱਖਾਂ ਦੀ ਜਿਹੜੀ ਵਸੂਆਂ ਉਹ ਲਗਭਗ 15 ਕੁ ਹਜ਼ਾਰ ਦੇ ਨੇੜੇ ਤੇੜਾ ਤੇ ਜਿਨ੍ਹਾਂ ਦੇ ਵਿੱਚ ਬਹੁਤੇ ਗੁਰਦੁਆਰੇ ਤੇ ਬਹੁਤੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਹਾਲੈਂਡ ਦੀ ਕੈਪੀਟਲ ਜਿਹੜਾ ਜਿੱਥੇ ਅੱਜ ਆਪਾਂ ਜਾ ਰਹੇ ਹਾਂ ਅਮਸਟਰਡਮ ਇਹਦੇ ਨੇੜੇ ਤੇੜੇ ਹੀ ਰਹਿੰਦੇ ਆ ਤੇ ਆਪਾਂ ਵੀ ਟਰਾਈ ਕਰਾਂਗੇ ਕਿਸੇ ਗੁਰਦੁਆਰੇ ਵਿੱਚ ਜਾਣ ਦੀ ਤੇ ਜਦੋਂ ਆਪਾਂ ਗਏ ਤਾਂ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਵੈਸੇ ਇੱਥੇ ਜਿਹੜੇ ਗੁਰਦੁਆਰੇ ਨੇ ਆਹ ਰੂਟ ਦੇ ਨੇੜੇ ਤੇੜੇ ਹੀ ਨੇ ਜਿਵੇਂ ਆਪਾਂ ਜਿੱਥੇ ਦੀ ਆ ਜਾ ਰਹੇ ਹਾਂ ਤੇ ਆ ਦੇਖੋ ਮੂਰੇ ਗਰਾਊਂਡ ਦੇਖੋ ਕਿੰਨਾ ਸੋਹਣਾ ਗਰਾਊਂਡ ਨਹੀਂ ਹੈਗਾ ਸੱਚ ਇਹ ਫਾਰਮ ਆ ਕਿੰਨਾ ਹਰਿਆਲੀ ਵਾਲਾ ਬਹੁਤ ਖੂਬਸੂਰਤ ਬਾਹਰਲਾ ਦ੍ਰਿਸ਼ ਤੇ ਜਿੰਨਾ ਕ ਆਪਾਂ ਕੈਚ ਕਰ ਸਕਦੇ ਆ ਵੀਡੀਓ ਰਹੀ ਉਹ ਵੀ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਤੇ ਜਿਹੜਾ ਬੱਸ ਦੇ ਅੰਦਰਲਾ ਮਾਹੌਲ ਆ ਕੁਸਿਆ ਇਸ ਤਰ੍ਹਾਂ ਦਾ ਆਪਾਂ ਸਭ ਤੋਂ ਪਿਛਲੀ ਸੀਟ ਦੇ ਉੱਤੇ ਬੈਠੇ ਆ ਵੈਸੇ ਉਹ ਸੀਟਾਂ ਖਾਲੀ ਵੀ ਨੇ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿੱਥੇ ਬੱਸ ਰੁਕੀ ਸੀਗੀ ਉੱਥੋਂ ਕੁ ਸਵਾਰੀਆਂ ਉਤਰਨ ਵਾਲੀਆਂ ਜ਼ਿਆਦਾ ਸੀ ਤੇ ਚੜਨ ਵਾਲੀਆਂ ਘੱਟ ਸੀਗੀਆਂ ਇਸ ਕਰਕੇ ਕੁ ਸੀਟਾਂ ਬੱਸ ਦੇ ਵਿੱਚ ਇਸ ਟਾਈਮ ਖਾਲੀ ਨੇ ਤੇ ਆ ਫੇਰ ਬਾਹਰਲਾ ਉਹੀ ਦ੍ਰਿਸ਼ ਰੋਡ ਦਾ ਬਹੁਤ ਹੀ ਖੂਬਸੂਰਤ ਸੋਹਣਾ ਪਿਆਰਾ ਮਾਹੌਲ ਤੇ ਬੱਦਲ ਹਜੇ ਇੱਥੇ ਵੀ ਹੈਗੇ ਆ ਤੇ ਆ ਦੇਖੋ ਆ ਪਤਨ ਕੀ ਬਣਾਇਆ ਹੋਇਆ ਤੇ ਕੁਝ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਾਹਰ ਟਰੀ ਟਰੀ ਬਹੁਤ ਨੇ ਇੱਥੇ ਜਿਵੇਂ ਆਪਾਂ ਬਾਰੀ-ਬਾਰੀ ਗੱਲ ਕਰਦੇ ਆਂ ਰੋਡ ਦੇ ਉੱਤੇ ਬਹੁਤ ਜ਼ਿਆਦਾ ਟਰੀ ਨੇ ਜਿਹੜੇ ਆਪਾਂ ਇਸ ਟਾਈਮ ਦੇਖੀ ਵੀ ਜਾ ਰਹੇ ਆਂ ਤੇ ਉਹ ਦੇਖੋ ਕਿੰਨਾ ਸੋਹਣਾ ਮਾਹੌਲ ਤੇ ਪਿਓਰ ਜਿਵੇਂ ਆਪਾਂ ਕਹਿ ਲਓ ਵੀ ਪੱਦਰਾ ਥਾਂ ਮਦਾਨੀ ਕੀ ਜਿਹਨੂੰ ਆਪਾਂ ਕਹਿੰਨੇ ਆਂ ਪੱਦਰ ਪੱਦਰਾ ਥਾਂ ਦਾ ਤੇ ਆਹ ਜਿਹੜੀ ਸਿਟੀ ਦੇ ਵਿੱਚ ਆਪਾਂ ਆਏ ਆ ਇਹ ਉਹ ਦੇਖੋ ਕਿੰਨੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਨੇ ਤੇ ਪੋਲ ਦੇ ਕੋ ਥੱਲੋਂ ਦੀ ਵੀ ਜਾਈ ਜਾਂਦੀਆਂ ਨੇ ਗੱਡੀਆਂ ਆਉਂਦੀਆਂ ਨੇ ਤੇ ਇੱਧਰ ਦੀ ਜਾਈ ਜਾਂਦੇ ਆ ਜਿਹੜੇ ਆ ਉੱਪਰਲੀ ਥਾਂ ਤੇ ਉਹ ਜਿਵੇਂ ਆਪਾਂ ਨੂੰ ਸਾਹਮਣੇ ਦਿਖਾਈ ਦੇਈ ਜਾਂਦੀਆਂ ਨੇ ਵੱਡੀਆਂ-ਵੱਡੀਆਂ ਹੈ ਅਪਾਰਟਮੈਂਟ ਬਿਲਡਿੰਗਾਂ ਤੇ ਇੱਥੋਂ ਦੀ ਆਪਾਂ ਮੁੜ ਕੇ ਆ ਉੱਪਰ ਸਕਾਈ ਟ੍ਰੇਨ ਦੀ ਲਾਈਨ ਬਣੀ ਹੋਈ ਆ ਆ ਜਿਹੜੀ ਆਪਣੇ ਉੱਪਰ ਆ ਜਾਂਦੀ ਆ ਇਹਦੇ ਥੱਲੋਂ ਦੀ ਆਪਾਂ ਇਦੋਂ ਨੂੰ ਚੱਲੇਗਾ ਆ ਧੁੱਪ ਨਿਕਲਈ ਹੁਣ ਨਾਲ ਹੀ ਦੇਖੋ ਕਿੰਨੀ ਸੋਹਣੀ ਆ ਧੁੱਪ ਨਿਕਲਈ ਜਿਹੜੀ ਤੇ ਮੌਸਮ ਵਧੀਆ ਹੋ ਗਿਆ ਇੱਥੇ ਬਸ ਇਹ ਸਾਰਾ ਜਿਵੇਂ ਐਵੇਂ ਹੀ ਚੱਲਦਾ ਰਹੇ ਨਾ ਕਿਤੇ ਧੁੱਪ ਕਿਤੇ ਸਾਹ ਕਿਤੇ ਬੱਦਲ ਕਿਤੇ ਮੀਂਹ ਤੇ ਇਹੋ ਜਿਹਾ ਮਾਹੌਲ ਇੱਥੇ ਚੱਲਦਾ ਹੀ ਰਹਣਾ ਤੇ ਆ ਸਿਟੀ ਦੇ ਵਿੱਚ ਆਪਾਂ ਇੱਥੋਂ ਦੀ ਹੁਣ ਅੱਗੇ ਦੀ ਅੱਗੇ ਹੌਲੈਂਡ ਦੀ ਕੈਪੀਟਲ ਵੱਲ ਬਾਦਰ ਹੈ ਜੂਰਪਦਾ ਜਿਹੜਾ ਇਹ ਦੇਸ਼ ਆ ਹੌਲੈਂਡ ਇਹ ਇੱਕ ਬਹੁਤ ਖੂਬਸੂਰਤ ਤੇ ਸੋਹਣਾ ਪਿਆਰਾ ਇੱਕ ਦੇਸ਼ ਕਹਿ ਸਕਦੇ ਹੋ ਤੁਸੀਂ ਤੇ ਜਿੱਥੇ ਕਿ ਬਹੁਤ ਸਾਰੇ ਸਿੱਖ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਲਗਭਗ 15000 ਸਿੱਖ ਰਹਿੰਦੇ ਨੇ ਤੇ ਇਹ ਜਿਹੜੀ ਕੰਟਰੀ ਆ ਇਹਦੀ ਫਟਬਾਲ ਹਾਕੀ ਤੇ ক্রিকেট ਦੇ ਵਿੱਚ ਵਧੀਆ ਜਿਵੇਂ ਇਹਨਾਂ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਜਿਹੜਾ ਫੁੱਟਬਾਲ ਦੇ ਵਿੱਚ ਵੀ ਇਹ ਬਹੁਤ ਚੰਗੇ ਨੇ ورلڈ ਕੱਪ ਵਗੈਰਾ ਚ ਇਹਨਾਂ ਦੀ ਟੀਮ ਹੁੰਦੀ ਆ ਤੇ ਜਿਹੜੀ ਹਾਕੀ ਆ ਉਹਦੇ ਵਿੱਚ ਵੀ ਇਹ 올림픽 ਚੈਂਪੀਅਨ ਵੀ ਰਹੇ ਨੇ ਤੇ ورلڈ ਕੱਪ ਚੈਂਪੀਅਨ ਵੀ ਨੇ ਰਹੇ ਨੇ ਯਾਨੀ ਪਹਿਲਾਂ ਇਸ ਟਾਈਮ ਨਹੀਂ ਤੇ ਪਹਿਲਾਂ ਰਹੇ ਨੇ ਯਾਨੀ ਇਹ ਇਹਨਾਂ ਦੀ ਟੀਮ ਚੰਗੀ ਆ ਤੇ ਜਿਹੜੇ ਇਹਨਾਂ ਦੀ ক্রিকেট ਦੀ ਟੀਮ ਆ ਉਹ ਵੀ ਵਰਲਡ ਕੱਪ ਖੇਡਦੀ ਰਹੀ ਹੈ ਤੇ ਖੇਡ ਰਹੀ ਹੈ ਤੇ ਉਹਦੇ ਵਿੱਚ ਜਿਹੜੀ ਇਸ ਟਾਈਮ ਟੀਮ ਹੈ ਨਾ ਦੀ ਹਾਕ ক্রিকেট ਦੀ ਉਹਦੇ ਵਿੱਚ ਇੱਕ ਆਪਣਾ ਪੰਜਾਬੀ ਮੁੰਡਾ ਵੀ ਖੇਡਦਾ ਪੂਰਾ ਕਹਿ ਸਕਦੇ ਆਪਾਂ ਦਾੜੀ ਕੇਸ ਵਾਲਾ ਵਧੀਆ ਸਿੱਖ ਤੇ ਜੀ ਤੋ ਆਪਾਂ ਨੂੰ ਪਤਾ ਲੱਗ ਸਕਦਾ ਆਪਾਂ ਅੰਦਾਜ਼ਾ ਲਾ ਸਕਦੇ ਆਂ ਵੀ ਇੱਥੇ ਸਿੱਖਾਂ ਦੀ ਕਾਫੀ ਗਿਣਤੀ ਹੈ ਤੇ ਵਧੀਆ ਪਹੁੰਚ ਆ ਤੇ ਇਸ ਟਾਈਮ ਆਪਾਂ ਜਿਹੜੇ ਰਾਤ ਇਹ ਜਾਈ ਜਾਂਦੇ ਆ ਇਹ ਉੱਥੋਂ ਦਾ ਦ੍ਰਿਸ਼ ਬਾਹਰਲਾ ਉਹ ਵੀ ਨਾਲ-ਨਾਲ ਆਪਾਂ ਨੂੰ ਦਿਖਾਈ ਦੇ ਰਿਹਾ ਜਿਵੇਂ ਇਸ ਟਾਈਮ ਹੁਣ ਧੁੱਪ ਨਿਕਲੀ ਹੋਈ ਆ ਪੂਰੀ ਤੇ ਗੱਡੀਆਂ ਆਪਣੀ ਪੂਰੀ ਸਪੀਡ ਦੇ ਨਾਲ ਜਾ ਰਹੀਆਂ ਨੇ ਤੇ ਆਪਾਂ ਵੀ ਲਗਭਗ ਇੱਥੋਂ ਦੀ ਨੰਗ ਰਿਹਾ ਤੇ ਬਾ ਇਹ ਜਿਹੜਾ ਫ੍ਰੀਵੇਅ ਹੈ ਜਾਂ ਹਾਈਵੇ ਕਹਿ ਸਕਦੇ ਹੋ ਤੁਸੀਂ ਇਹਦੇ ਉੱਤੇ ਜਿਹੜੀ ਸਪੀਡ ਆ ਗੱਡੀਆਂ ਦੀ ਉਹ ਤੁਸੀਂ ਵੀਡੀਓ ਵਿੱਚ ਦੇਖ ਕੇ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਤੇ ਇੱਥੇ ਜਣੀ 80 ਕਿਲੋ ਦੀ ਸਪੀਡ ਆ ਇਹਦੇ ਇਹ ਰੋਡ ਦੇ ਉੱਤੇ ਤੇ ਜਣੀ ਉਹ ਤੋਂ ਤੇਜ਼ ਹੀ ਜਾ ਰਹੀਆਂ ਨੇ ਗੱਡੀਆਂ ਟ੍ਰੈਫਿਕ ਕੋਈ ਖਾਸ ਨਹੀਂ ਤੇ ਆਹ ਦੇਖੋ ਕਿੰਨਾ ਸੋਹਣਾ ਤੇ ਚੌੜੀਆਂ ਸੜਕਾਂ ਨੇ ਬਹੁਤ ਖੂਬਸੂਰਤ ਤੇ ਸੋਹਣਾ ਮਾਹੌਲ ਤੇ ਸੜਕਾਂ ਵੀ ਪੂਰੀਆਂ ਚੌੜੀਆਂ ਜਿਵੇਂ ਆਪਾਂ ਆ ਦੇਖੋ ਇਧਰਲੀ ਸਾਈਡ ਆ ਜਿਹੜੀਆਂ ਆਪਾਂ ਚੱਕੀਆਂ ਆਗੀਆਂ ਜਿਹਨੂੰ ਆਪਾਂ ਅੱਗੇ ਪੜਦੇ ਹੁੰਦੇ ਸੀਗੇ ਸਕੂਲ ਦੇ ਵਿੱਚ ਜਿੱਥੇ ਬਿਜਲੀ ਤਿਆਰ ਹੁੰਦੀ ਆ ਉਹ ਦੇਖੋ ਆ ਜਿਹੜਾ ਆਪ ਨੂੰ ਦਿਖਾਈ ਦੇ ਜਾਂਦਾ ਪੱਖਾ ਆ ਇਹ ਕਮਰੇ ਹਾ ਇਹ ਹਵਾ ਨਾਲ ਹੀ ਆ ਇਹ ਵੀ ਇੱਥੇ ਰਸਤੇ ਦੇ ਵਿੱਚ ਆਪਾਂ ਨੂੰ ਕਾਫੀ ਦਿਖ ਰਹੇ ਨੇ ਕਾਫੀ ਥਾਂ ਥਾਂ ਦੇ ਉੱਤੇ ਇਹ ਲੱਗੇ ਹੋਏ ਨੇ ਤੇ ਕਈ ਥਾਂ 'ਤੇ ਤਾਂ ਇਹ ਇਸ ਤਰ੍ਹਾਂ ਲੱਗੇ ਹੋਏ ਨੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਹੜਾ ਇੱਕ ਵਾਰ ਆਪਾਂ ਨੂੰ ਦਿਖਾਈ ਦਿੰਦੇ ਸੀਗੇ ਵੀ ਥਾਂ ਥਾਂ ਦੇ ਉੱਤੇ ਸਪੈਦੇ ਲੱਗੇ ਹੁੰਦੇ ਸੀ ਲੋਕ ਸਪੈਦਿਆਂ ਦੇ ਬਾਗ ਜਿਵੇਂ ਪੂਰੇ ਲਾਏ ਹੁੰਦੇ ਸੀ ਲੋਕਾਂ ਨੇ ਤੇ ਉਸੇ ਤਰ੍ਹਾਂ ਇਹ ਜਿਹੜੀਆਂ ਪੰਚਕੀਆਂ ਨੇ ਜਾਂ ਜਿਹੜੀਆਂ ਹਵਾ ਨਾਲ ਚੱਲਣ ਵਾਲੇ ਘੁੰਮਣ ਵਾਲੇ ਇਹ ਪੱਖੇ ਜੇ ਨੇ ਜਿਨ੍ਹਾਂ ਤੋਂ ਇਹ ਬਿਜਲੀ ਤਿਆਰ ਕਰਦੇ ਨੇ ਉਹ ਇੱਥੇ ਲੱਗੇ ਹੋਏ ਨੇ ਕਾਫੀ ਵੱਡੀ ਮਾਤਰਾ ਵਿੱਚ ਤੇ ਆ ਜਿਹੜਾ ਸਾਰਾ ਇਹ ਬਾਹਰੋਂ ਦਿਖਾਈ ਦੇ ਜਾਂਦਾ ਆਪਾਂ ਨੂੰ ਬਹੁਤ ਹੀ ਖੂਬਸੂਰਤ ਟਟਰੀਆਂ ਕਰਕੇ ਜਿੰਨੇ ਇਹ ਟਰੀ ਪੂਰੇ ਜਿਵੇਂ ਇਸ ਟਾਈਮ ਹਰੇ ਭਰੇ ਨੇ ਉਹਦੇ ਕਰਕੇ ਜਿਹੜਾ ਬਾਹਰਲਾ ਡ੍ਰੈਸ ਆਪਾਂ ਨੂੰ ਦਿਖਾਈ ਦਿੰਦਾ ਬਹੁਤ ਖੂਬਸੂਰਤ ਬਣ ਰਿਹਾ ਤੇ ਨਾਲ ਨਾਲ ਇਹ ਗੱਡੀ ਜਿਵੇਂ ਆਇਆ ਲੱਗਦਾ ਜਿਵੇਂ ਬੱਸ ਥੋੜੀ ਜੀ ਸਲੋ ਹੁੰਦੀ ਆ ਤੇ ਕਾਰਾਂ ਉਹ ਤੇਜ਼ ਹੁੰਦੀਆਂ ਨੇ ਪਰ ਬੱਸ ਵੀ ਇੰਨੀ ਸਲੋ ਨਹੀਂ ਆਉਂਦੀ ਸਪੀਡ ਦੇ ਉੱਤੇ ਆ ਪੂਰੀ ਤੇ ਕਾਰਾਂ ਵਾਲੇ ਥੋੜੇ ਜੇ ਜ਼ਿਆਦੇ ਸਪੀਡ ਕਰਕੇ ਅੱਗੇ ਲੰਘ ਰਹੇ ਨੇ ਆ ਦੇਖੋ ਆ ਲਾਲ ਜੀ ਕਾਰ ਲੰਗੀ ਹੁਣ ਇਸ ਤਰ੍ਹਾਂ ਦਾ ਮਾਹੌਲ ਆ ਇੱਥੇ ਬਾਹਰਲਾ ਤੇ ਇਹ ਆਹ ਸਾਰਾ ਤੇ ਨਾਲ-ਨਾਲ ਆਪਾਂ ਅੱਗੇ ਵਧੀ ਜਾਂਦੇ ਆ ਜਾਈ ਜਾਂਦੇ ਆ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਸਾਰਾ ਜਿਹੜਾ ਸਾਰਾ ਨਹੀਂ ਜਾਨੀ ਮੇਨ-ਮੇਨ ਜਿੰਨੀ ਕਾਪਾ ਤੋਂ ਵੀਡੀਓ ਬਣੀ ਮੈਂ ਬ੍ਰਾਸਲ ਤੋਂ ਲੈ ਕੇ ਉਹ ਸਾਰੀ ਆਪਾਂ ਇਸ ਵਿੱਚ ਦਿਖਾਵਾਂਗੇ ਇਸ ਵੀਡੀਓ ਵੇ ਰਾਹੀਂ ਦੇਖਾਂਗੇ ਆ ਦੇਖੋ ਜਿਵੇਂ ਬਹੁਤ ਹੀ ਉਹ ਦੇਖੋ ਟਰੱਕ ਵੀ ਟਰੱਕ ਵੀ ਚੱਲਦੇ ਆ ਤੇ ਟਰੱਕ ਥੋੜੇ ਜਿਹਾ ਡਿਫਰੈਂਟ ਨੇ ਜਿਵੇਂ ਕੈਨੇਡਾ ਅਮਰੀਕਾ ਚ ਨੇ ਉਹ ਉੱਥੇ ਸੈਮੀ ਟਰੱਕ ਬਹੁਤ ਹੁੰਦੇ ਨੇ ਇੱਥੇ ਜਿਹੜੇ ਟਰੱਕ ਨੇ ਕੁਝ ਇਸ ਤਰ੍ਹਾਂ ਦੇ ਨੇ ਆ ਜਿਵੇਂ ਭੱਜੀ ਜਾਂਦੇ ਸੀਗੇ ਆਪਾਂ ਨੂੰ ਆ ਰੋਡ ਦੇ ਉੱਤੇ ਦਿਖਾਈ ਦੇ ਜਾਂਦੇ ਨੇ ਕਰਕੇ ਬੱਦਲ ਦੁਆਰੇ ਹੋ ਗਏ ਤੇ ਆਹ ਦੇਖੋ ਗੱਡਾ ਵੱਡਾ ਸੀ ਕਾਫੀ ਵੱਡਾ ਟਰੱਕ ਸੀ ਉਹ ਤੇ ਇਹੋ ਜਿਹਾ ਮਾਹੌਲ ਆ ਇੱਥੇ ਹਾਲੈਂਡ ਵਿਚਲੇ ਨੌ ਗੁਰਦੁਆਰਿਆਂ ਵਿੱਚੋਂ ਚਾਰ ਗੁਰਦੁਆਰੇ ਇਕੱਲੇ ਜਿਹੜੀ ਇਹ ਹਾਲੈਂਡ ਦੀ ਕੈਪੀਟਲ ਆ ਉਹਦੇ ਵਿੱਚ ਹੀ ਨੇ ਤੇ ਇੱਥੋਂ ਆਪਾਂ ਅੰਦਾਜ਼ਾ ਵੀ ਲਾ ਸਕਦੇ ਹਾਂ ਵੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਹਾਲੈਂਡ ਦੇ ਕੈਪੀਟਲ ਦੇ ਨੇੜੇ ਤੇੜੇ ਬਹੁਤ ਹੀ ਰਹਿੰਦੀ ਆ ਤੇ ਬਾਕੀ ਗੁਰਦੁਆਰੇ ਵੀ ਨਾਲ-ਨਾਲ ਵਾਲੀ ਛਿੱਟੀਆਂ ਦੇ ਵਿੱਚ ਹੀ ਨੇ ਤੇ ਵੈਸੇ ਵੀ ਹੌਲੈਂਡ ਸਿਟੀ ਕੋਈ ਬਹੁਤ ਹੀ ਵੱਡੀ ਤਾਂ ਹੈ ਨਹੀਂ ਤੇ ਠੀਕ ਆ ਤੇ ਕਿਉਂਕਿ ਬੈਲਜੀਅਮ ਦੀ ਕੈਪੀਟਲ ਤੋਂ ਹੌਲੈਂਡ ਦੀ ਕੈਪੀਟਲ ਦਾ ਰਾਹ ਸਾਰਾ 2-3 ਘੰਟਿਆਂ ਦਾ ਬਸ ਰਾਹੀਂ ਆਪਾਂ ਨੂੰ ਇਹ ਬਾਹਰਲਾ ਡਰੈਸ ਜਿਹੜਾ ਦੇਖ ਰਹੇ ਹਾਂ ਉਹ ਕੋਈ ਇਸ ਤਰ੍ਹਾਂ ਦਾ ਹੋ ਗਿਆ ਹੁਣ ਆ ਬੱਦਲ ਆ ਗਏ ਦੁਬਾਰੇ ਫੇਰ ਥੋੜੇ-ਥੋੜੇ ਤੇ ਜਿਵੇਂ ਆਪ ਨੂੰ ਦਿਖਾਈ ਦੇ ਜਾਂਦਾ ਤੇ ਉਹ ਦੇਖੋ ਬਿਲਡਿੰਗਾਂ ਤੇ ਸੋਹਣਾ ਮਾਹੌਲ ਆ ਵਧੀਆ ਹੈ ਜਿਵੇਂ ਸਾਫਰਾ ਜਿਵੇਂ ਜਿਹੜਾ ਆਪ ਹੈ ਬੈਲਜੀਅਮ ਤੋਂ ਜੇ ਹਾਲੈਂਡ ਜਾਣਾ ਹੋਵੇ ਤਾਂ ਬਹੁਤ ਈਜੀ ਐ ਸੌਖਾ ਹੈ ਜਾਣਾ ਤੇ ਬੱਸ ਰਾਹੀਂ ਵੀ ਕੋਡਾ ਜੇ ਟ੍ਰੇਨ ਰਾਹੀਂ ਜਾਣਾ ਹੋਵੇ ਤਾਂ ਟ੍ਰੇਨ ਰਾਹੀਂ ਵੀ ਮੜਾ ਨਹੀਂ ਪਰ ਬੱਸ ਰਾਹੀਂ ਇਹ ਆ ਵੀ ਆਪਾਂ ਨੂੰ ਜਿਹੜਾ ਆਲਾ ਦਵਾਲਾ ਉਹ ਜਾਦੇ ਦਿਖਾਈ ਦੇ ਦਈ ਜਾਂਦਾ ਜਿਵੇਂ ਆਹਾ ਜਿਵੇਂ ਹੁਣ ਆ ਇਸ ਟਾਈਮ ਆਪਾਂ ਦੇਖ ਰਹੇ ਹਾਂ ਫਾਰਮ ਵਗੈਰਾ ਇੱਥੋਂ ਦੇ ਜਾਂ ਸਿਟੀਆਂ ਦੇ ਵਿੱਚੋਂ ਦੀ ਹੁੰਦੀ ਹੋਈ ਬਸ ਜਦੋਂ ਜਾਂਦੀ ਆ ਤਾਂ ਉਹ ਆਡੀ ਮਾਹੌਲ ਹੁੰਦਾ ਤੇ ਆਪਾਂ ਹੌਲੈਂਡ ਦੇ ਵਿੱਚ ਲਗਭਗ ਅ 12-13 ਘੰਟੇ ਰਹਿਣਾ ਉਹ ਤੋਂ ਬਾਅਦ ਫਿਰ ਬੈਕ ਆ ਜਾਣਾ ਬੈਲਜੀਅਮ ਜਿੱਥੋਂ ਬੈਲਜੀਅਮ ਤੋਂ ਫਿਰ ਆਪਾਂ ਜਾਵਾਂਗੇ ਫਰਾਂਸ ਤੇ ਫਿਰ ਉੱਥੇ ਰਹਿਾਂਗੇ 4-5 ਦਿਨ ਤੇ ਬਾਕੀ ਇਹ ਜਿਹੜੀ ਬਸਾ ਇਹਦੀ ਇਹਦਾ ਜਿਹੜਾ ਕਿਰਾਇਆ ਉਹ ਆਪਾਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਸੀ ਕੋਈ ਬਹੁਤਾ ਨਹੀਂ ਹੈਗਾ ਅਫੋਰਡੇਬਲ ਆ ਤੇ ਬਾਕੀ ਜਿਹੜਾ ਸੜਕ ਦਾ ਮਾਹੌਲ ਆ ਰੋਡ ਦਾ ਉਹ ਕੁਝ ਇਸ ਤਰ੍ਹਾਂ ਦਾ ਕਿਤੇ ਕੋਈ ਜਾਨੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਾਮ ਲੱਗਿਆ ਹੋਇਆ ਨਹੀਂ ਕਿਉਂਕਿ ਸੜਕਾਂ ਖੁੱਲੀਆਂ ਨੇ ਤੇ ਇਸ ਕਰਕੇ ਜਾਮ ਵਗੈਰਾ ਇੱਥੇ ਘੱਟ ਦੇਖਣ ਨੂੰ ਮਿਲਿਆ ਆਪਾਂ ਨੂੰ ਜਿੱਦ ਦੇ ਆਪਾਂ ਗਏ ਆ ਤੇ ਉਸ ਦਿਨ ਤੇ ਆਹ ਦੇਖੋ ਦੋਨਾਂ ਸਾਈਡਾਂ ਦੀ ਟ੍ਰੈਫਿਕ ਆ ਇੱਥੇ ਉਧਰੋਂ ਆਉਣ ਵਾਲੇ ਤੇ ਇਧਰੋਂ ਜਾਣ ਵਾਲੇ ਇਸ ਤਰ੍ਹਾਂ ਦਾ ਤੇ ਇਹ ਸਾਫ਼ ਰ ਆਪਾਂ ਜਿਹੜਾ ਕਰ ਰਹੇ ਹਾਂ ਇਹ ਲਗਭਗ ਆਪਾਂ ਹੁਣ ਜ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਨੇੜੇ ਹੀ ਆ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਅੱਜ ਦੀ ਆਪਣੀ ਇਹ ਵੀਡੀਓ ਜਿਹੜੀ ਕਿ ਬੈਲਜੀਅਮ ਤੋਂ ਹਾਲੈਂਡ ਦਾ ਬਸ ਰਹੀ ਸਾਫਰਾ ਉਹ ਚੰਗਾ ਲੱਗਿਆ ਹੋ ਵਧੀਆ ਲੱਗਿਆ ਹੋ ਤੇ ਹੁਣ ਆਪਾਂ ਇਹ ਅਗਲੀ ਵੀਡੀਓ ਵਿੱਚ ਹਾਲੈਂਡ ਨੂੰ ਦੇਖਾਂਗੇ ਹਾਲੈਂਡ ਦੀ ਜਿਹੜੀ ਕੈਪੀਟਲ ਆ ਤੇ ਚਲੋ ਦੇਖਦੇ ਰਹੋ ਧੰਨਵਾਦ ਮਿਲਦੇ ਹਾਂ ਨਵੀਂ ਵੀਡੀਓ ਨਾਲ